ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਵਿੱਚ। ਹੋਰ ਸਾਰੇ ਕਿਵੇਂ ਠੀਕ ਠਾਕ ਹੋ? ਜਸ਼ਨ ਬਰਾੜ ਵੀਰ ਦਾ ਗਾਣਾ ਰਿਲੀਜ਼ ਹੋਇਆ ਵਾਇਸ ਮੈਨ। ਵਾਇਸ ਮੈਨ ਗਾਣੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿਉਂਕਿ ਇਹ ਪਿੱਛੇ ਜਿਹੇ ਗਾਣੇ ਵੀਰ ਦੀ ਆਡੀਓ ਆਈ ਸੀ ਅਤੇ ਇਹ ਗਾਣਾ ਕਿਸੇ ਨੇ ਆਪਣਾ ਕੀ ਕਹਿੰਦੇ ਕਿ ਪੈਸੇ ਅਤੇ ਵਿਊਜ਼ ਕਰਕੇ ਕੀ ਕਹਿੰਦੇ ਕਿ ਆਪਣਾ ਸਿੱਧੂ ਮੂਸੇਵਾਲਾ ਦੇ AI ਯੂਜ਼ ਕਰਕੇ ਗਾਣਾ ਰਿਲੀਜ਼ ਕੀਤਾ ਹੋਇਆ ਸੀ ਯੂਟਿਊਬ 'ਤੇ। ਅਤੇ ਇਹ ਮੈਂ ਆਪਣਾ ਬਲਕਿ ਪਹਿਲੀ ਗੱਲ ਸਾਰਿਆਂ ਨੂੰ ਕਹਿੰਦਾ ਕਿਉਂਕਿ ਸਿੱਧੂ ਦੀ ਫੈਮਿਲੀ ਨੂੰ ਇਹ ਚੀਜ਼ ਕਹੀ ਹੋਈ ਆ ਕਿ ਆਪਣਾ ਕੋਈ ਵੀ ਸਿੱਧੂ ਦੇ ਗਾਣਾ ਆਪਣਾ ਕੀ ਕਹਿੰਦੇ AI ਯੂਜ਼ ਨਾ ਕਰੇ, ਭਾਵੇਂ ਉਹ ਗਾਣਾ ਕਿਸੇ ਦਾ ਵੀ ਆ। ਅਤੇ ਦੂਜੀ ਗੱਲ ਆਪਣਾ ਜੇ ਵੀਰੇ ਦਾ ਗਾਣਾ ਤੁਸੀਂ ਯੂਜ਼ ਕੀਤਾ ਵਾ AI ਨਾਲ ਤਾਂ ਠੀਕ ਆ, ਉਹਦੇ ਨਾਲ ਕੀ ਨੁਕਸਾਨ ਕਿਸ ਸੰਬੰਧਿਤ ਹੋਇਆ? ਤੁਸੀਂ ਤਾਂ ਆਪਣਾ ਵਿਊ ਫਾਇਦਾ ਲੈ ਕੇ ਠੀਕ ਆ, ਨੁਕਸਾਨ ਹੋਇਆ ਵੀਰੇ ਦਾ, ਸਹੀ ਹੈ ਨਾ? ਕਿ ਵੀਰੇ ਦਾ ਨੁਕਸਾਨ ਹੋਇਆ ਠੀਕ ਆ, ਵੀਰੇ ਦਾ ਆਪਦਾ ਗਾਣਾ, ਵੀਰੇ ਨੇ ਆਪਣੀ ਮਿਹਨਤ ਕੀਤੀ, ਲਿਰਿਕਸ ਵੋਕਲ ਸਹੀ ਹੈ ਨਾ, ਉਹ ਬੰਦੇ ਨੇ ਆਪਣਾ ਕੀ ਕਹਿੰਦੇ ਹੁਣ ਉਹ ਬੰਦੇ ਦੇ ਲੋਕਾਂ ਨੂੰ ਇਹ ਆ ਕਿ ਉਹ ਵਾਇਸ ਮੈਨ ਗਾਣਾ ਸਿੱਧੂ ਦਾ ਵਾ ਕਿ ਜਸ਼ਨ ਬਰਾੜ ਦਾ ਨਹੀਂ ਆ। ਮੇਰਾ ਵੀਰ ਸਟੋਪ ਕਰ ਦਿਉ ਆ AI ਯੂਜ਼ ਕਰਨ ਵਾਲਾ ਕੰਮ, ਬਾਕੀ ਯਾਰ ਉਹ ਕਰਦੇ ਆ। ਗਾਣਾ ਵੀਰੇ ਦਾ ਰਿਲੀਜ਼ ਹੋਇਆ ਵਾ ਅੱਜ, ਓਫੀਸ਼ੀਅਲ ਵੀਡੀਓ ਆ ਅਤੇ ਮਿਊਜ਼ਿਕ ਕੀਤਾ ਹੋਇਆ ਵਾ DJ ਸਿੰਘ ਨੇ। ਅਤੇ ਲੈਟਸ ਸਟਾਰਟ। ਉਹ ਘਰ ਦੇ ਚਬਾਰਿਆਂ ਤੇ ਕਾਂ ਬੋਲਦੇ, ਆਈ ਮੌਤਿਆ ਪਰੌਣੀ ਬਿੱਲੋ ਤਾਂ ਬੋਲਦੇ, ਕਦੋਂ ਕਰਦੀ ਟਰੱਸਟ ਅੱਖਾਂ ਬੰਦ ਕਰਕੇ ਮੇਰੇ ਮਰਡਰ ਕਿਸਾਂ ਦੇ ਵਿੱਚ ਨਾ ਬੋਲਦੇ। ਸੜਕਾਂ ਤੇ ਫਿਰਦੇ ਆ ਮੌਤ ਨਾਲ ਹੀ, ਹੈਡ ਹੌਟ ਗੱਲ ਗੱਲ ਉੱਤੇ ਹੁੰਦੀ ਗਾਲ ਨੀ, ਮਰਨ ਮੁਰ ਵੀਰੇ ਨੇ ਕਿੰਨੀ ਗੱਲ ਘੈਂਟ ਕਹੀ ਆ ਕਿ ਹੈਡ ਹੌਟ ਗੱਲ ਗੱਲ ਉੱਤੇ ਹੁੰਦੀ ਗਾਲ ਨੀ, ਕਿ ਮੱਥਾ ਸਾਡਾ ਤੱਤਾ ਹੀ ਆ। ਦਾਦਾ ਖੌਫ ਕਿਹੜਾ ਰੱਖਦਾ, ਹਾਥੀ ਅਮਦੂਤ ਅਮਰਾਜ ਹੀ ਚਾਲੀ, ਆਏ ਕੱਲੇ ਦੁਨੀਆਂ ਤੋਂ ਜਾਣਾ ਵੀ ਆ ਕੱਲੇ ਖੜ, ਮੌਤ ਮੂਰੇ ਜੱਟ ਵੇਖ ਮਾਰੇ ਲਲਕਾਰੇ। ਮੈਂ ਨਾ ਜਾਣਦਾ ਕਿਸੇ ਨੂੰ, ਮੈਨੂੰ ਜਾਣਦੇ ਨੇ ਸਾਰੇ, ਮੇਰੇ ਰਾਈਮ ਤੇ ਕਰਾਈਮ ਨੂੰ ਪਛਾਣਦੇ ਨੇ ਸਾਰੇ, ਮੇਰਾ ਯਾਰਾ ਸਰਕਾਰਾਂ ਤੋਂ ਭਰੋਸਾ ਇੱਥੇ ਆ ਦਿਨ ਕੱਟਦਾ ਆ ਬਸ ਹੁਣ ਰੱਬ ਦੇ ਸਹਾਰ। ਸਹੀ ਗੱਲ ਵੀਰੇ ਕਹੀ, ਵੀਰਾ ਕਹਿੰਦਾ ਕਿ ਮੈਂ ਜਾਣਦਾ ਸਾਰਿਆਂ ਨੂੰ ਆਪਣਾ, ਕਿ ਮੈਂ ਕਿਸੇ ਨੂੰ ਨਹੀਂ ਜਾਣਦਾ ਹੈਗਾ, ਤੁਸੀਂ ਸਾਰੇ ਮੈਨੂੰ ਜਾਣਦੇ ਚੰਗੀ ਤਰ੍ਹਾਂ, ਜੋ ਮੈਂ ਰਾਈਮ ਕ੍ਰਾਈਮ ਕਰਦਾ ਵਾਂ ਤੁਹਾਨੂੰ ਸਭ ਉਹਨਾਂ ਬਾਰੇ ਪਤਾ ਹੀ ਹੈਗਾ ਵਾ। ਯਾਰੀ ਦੋਸਤੀ ਤਾਂ ਕੀ ਕਹਿੰਦੇ ਇਸ ਟਾਈਮ, ਕੀ ਕਹਿੰਦੇ ਜਿੰਨਾ ਚਿਰ ਜਿਹਦੇ ਮੂੰਹ 'ਚ ਹੱਥ ਵਾ ਉਹਨਾਂ 'ਚ ਜੀ ਜੀ ਆ, ਬਾਅਦ 'ਚ ਕੋਈ ਨਹੀਂ ਬਈ ਪੁੱਛਦਾ ਸਿੱਧੀ ਗੱਲ ਆ। ਅਤੇ ਸਰਕਾਰਾਂ ਦਾ ਤਾਂ ਪਤਾ ਹੀ ਤੁਹਾਨੂੰ ਕਿ ਇਹ ਕੰਮ ਦੀਆਂ ਸਰਕਾਰਾਂ ਨਹੀਂ ਹੈਗੀਆਂ ਠੀਕ ਆ। ਬਾਈ ਦਾ ਕੀ ਕਹਿੰਦੇ ਮਰਡਰ ਹੋਏ ਨੂੰ ਸਾਲ ਤੋਂ ਵੱਧ ਹੋ ਚੱਲਿਆ, ਅਜੇ ਤੱਕ ਕੋਈ ਇਨਸਾਫ ਨਹੀਂ ਆ। ਅਤੇ ਜਿਹੜੇ ਕੀ ਕਹਿੰਦੇ ਸਿੰਪਤੀ ਲੈਣ ਨੂੰ ਹਰ ਕੋਈ ਗਾਂ ਆ ਜਾਂਦਾ ਵਾ, ਪਰ ਜਸਟਿਸ ਵਾਲੀ ਕੋਈ ਪੋਸਟ ਪਾ ਕੇ ਗਾਂ ਨਹੀਂ ਹੁੰਦਾ। ਇੰਨਾ ਬੜਾ ਕੀ ਕਹਿੰਦੇ ਸਾਊਥ ਮੂਵੀ ਵਾਲਾ ਮਾਹੌਲ ਬਣਾਇਆ ਪਿਆ। ਕਰਾਂ ਯੂਪੀ ਤੋਂ ਬਲੌਂਗ, ਮੇਰਾ ਗੁੱਸਾ ਬੜਾ ਮਾੜਾ, ਰੱਖ ਲਾਤੀ ਉੱਤੇ ਲੱਤ ਮੈਂ ਵਚਾਲੋ ਮੇਰੀ ਪਾੜਾ, ਮੈਂ ਬੋਲਦਾ ਹਾਂ ਕੱਟ ਮੇਰਾ ਬੋਲੇ ਬਸ ਤੌਰ ਪੁੱਛਾ ਰੀਜ਼ਨ ਮੈਂ ਫੇਰ ਪਹਿਲਾਂ ਬੰਦਾ। ਇੱਕ ਹੁਣ ਇਹ ਚੀਜ਼ ਬੜੀ ਚੱਲੀ ਕਿ ਹਰ ਕੋਈ ਆਪਣਾ ਕਿ ਸਟੇਟ ਵਗੈਰਾ ਆਪਣਾ ਸਿਟੀ ਨੂੰ ਪੈਗਾ। ਹੁਣ ਵੀਰਾ ਯੂਪੀ ਤੋਂ, ਵੀਰੇ ਨੇ ਗੱਲ ਕੀਤੀ ਕਿ ਕਰਾਂ ਯੂਪੀ ਤੋਂ ਬਲੌਂਗ, ਅਤੇ ਉਹ ਵਧੀਆ ਗੱਲ ਆ ਕਿ ਹਰ ਕੋਈ ਬੰਦਾ ਚਾਹੁੰਦਾ ਕਿ ਜਿੱਥੋਂ ਬੰਦਾ ਉਹ ਬਲੌਂਗ ਕਰਦਾ ਵਾ ਉਸ ਸਿਟੀ ਦਾ ਨਾਂ ਤਾਂ ਹੋਵੇ, ਉਸ ਪਿੰਡ ਦਾ ਨਾਂ ਤਾਂ ਹੋਵੇ। ਗੱਡੀ ਛੜਾ ਚੱਲੇ ਸ਼ਹਿਰਾਂ ਵਿੱਚ ਨਾਮ, ਕਿਤੇ ਚੱਲੇ ਬਦਨਾਮ, ਮੇਰਾ ਦਿਨ ਕਿਤੇ ਚੜੇ ਕਿਤੇ ਹੋਰ ਢਲੇ ਸ਼ਾਮ, ਕਿਤੇ ਲੇਖਾਂ 'ਚ ਆਰਾਮ, ਕਦੇ ਕਦੇ ਚੱਲੇ ਜਾਮ, ਕੀ ਪਤਾ ਕਦੋਂ ਵੱਜ ਜਾਣਾ ਮੌਤ ਦਾ ਅਲਾਰਮ। ਸਹੀ ਗੱਲ ਆ, ਮੀਨਾ ਪੇਸ਼ੇ ਆਉਂਦੇ ਦੇਖੇ ਨਹੀਂ ਕਦੇ, ਹਰ ਵੇਲੇ ਵੇਖੇ ਆਏ ਦਿਹਾਈ ਹੁੰਦੇ ਪਾਰੇ, ਮੈਂ ਨਾ ਜਾਣਦਾ ਕਿਸੇ ਨੂੰ, ਮੈਨੂੰ ਜਾਣਦੇ ਨੇ ਸਾਰੇ, ਮੇਰੇ ਰਾਈਮ ਤੇ ਕਰਾਈਮ ਨੂੰ ਪਛਾਣਦੇ ਨੇ ਸਾਰੇ, ਮੇਰਾ ਯਾਰਾ ਸਰਕਾਰਾਂ ਤੋਂ ਭਰੋਸਾ ਇੱਥੇ ਆ ਦਿਨ ਕੱਟਦਾ ਆ ਬਸ ਹੁਣ ਰੱਬ ਦੇ ਸਹਾਰੇ, ਮੈਂ ਨਾ ਜਾਣਦਾ ਕਿਸੇ ਨੂੰ, ਮੈਨੂੰ ਜਾਣਦੇ ਨੇ ਸਾਰੇ, ਮੇਰੇ ਰਾਈਮ ਤੇ ਕਰਾਈਮ ਨੂੰ ਪਛਾਣਦੇ ਨੇ ਸਾਰੇ, ਮੇਰਾ ਯਾਰਾ ਸਰਕਾਰਾਂ ਤੋਂ ਭਰੋਸਾ ਇੱਥੇ ਆ ਦਿਨ ਕੱਟਦਾ ਆ ਬਸ ਹੁਣ ਰੱਬ ਦੇ ਸਹਾਰੇ, ਜਵਾਨੀ ਵਿੱਚ ਜੱਫਾ ਪਾਉਣ ਨੂੰ ਸਾਡੀ ਡੈਡਲੀ ਤੇ ਡੇਂਜਰਸ ਲਾਈਫ ਹੁੰਦੀ ਹੈ, ਦਿਨ ਟਲਦਾ ਤੇ ਚੜਦਾ ਆ ਗੰਨਾ ਨਾਲ ਵੀ, ਸਾਡਾ ਯਾਰ ਪਰਿਵਾਰ ਗੰਨਵਾਈ ਹੁੰਦੀ ਹੈ। ਸਹੀ ਗੱਲ ਆ, ਜੇ ਉਹ ਯਾਰ ਦੋਸਤ ਆ ਜਿਹੜੇ ਕੋਈ ਖਾਸ ਆ ਜਾਂ ਪਰਿਵਾਰ ਆ ਜਾਂ ਗੰਨੀ ਵਾਈਫ ਆ, ਕੋਈ ਨਹੀਂ ਆਪਣਾ ਕੀ ਕਹਿੰਦੇ ਕਿ ਫੈਮਿਲੀ। ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ, ਫੈਮਿਲੀ ਤੁਹਾਡੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਭਾਵੇਂ ਸਾਰੀ ਦੁਨੀਆ ਤੁਹਾਡੇ ਤੋਂ ਮੁੱਖ ਮੋੜ ਜੇ, ਭਾਵੇਂ ਯਾਰ ਦੋਸਤ ਕੋਈ ਮੁੱਖ ਮੋੜ ਜੇ, ਮਾਂ ਪਿਓ ਕਦੇ ਵੀ ਆਪਣੇ ਪੁੱਤ ਦਾ ਸਾਥ ਨਹੀਂ ਛੱਡਦਾ ਹੁੰਦਾ। ਅਤੇ ਇਸ ਲਈ ਆਪਣੇ ਮਾਂ ਪਿਓ ਦੀ ਕਦਰ ਕਰਿਆ ਕਰੋ, ਉਹਨਾਂ ਨੂੰ ਸਪੋਰਟ ਕਰਿਆ ਕਰੋ। ਏਜ ਕੱਟ ਕਰੇ ਵੱਡੇ ਕਰ ਜਾਊਂਗਾ, ਡੋਂਟ ਥਿੰਕ ਦੈਟ ਦੈਨੀ ਛੇਤੀ ਹਰ ਜਾਊਂਗਾ, ਜਸ਼ਨ ਬਰਾੜ ਵੀ ਸੀ ਆਇਆ ਕੋਈ ਇੱਥੇ ਨਾਮ ਬਣੂਗਾ ਬ੍ਰੈਂਡ ਜਦੋਂ ਮਰ ਜਾਊਂਗਾ। ਬਿਲਕੁਲ ਸਹੀ ਗੱਲ ਆ, ਚਲੋ ਵੀਰੇ ਦੀ ਸੋਚ ਵਧੀਆ ਕਿ ਹਾਂ ਕਿ ਨਾਮ ਬ੍ਰੈਂਡ ਬਣਾਉਣਾ ਵਧੀਆ ਗੱਲ ਆ, ਕਿਉਂਕਿ ਵੀਰੇ ਦੇ ਜੋ ਲਿਰਿਕਸ ਆ ਵੋਕਲ ਆ ਬਹੁਤ ਘੈਂਟ ਆ। ਅਤੇ ਇੱਦਾਂ ਹੀ ਵੀਰੇ, ਕਿਉਂਕਿ ਇਸ ਟਾਈਮ ਯੰਗ ਟੈਲੈਂਟ ਬਹੁਤ ਉੱਠਦਾ ਪਿਆ ਵਾ,
ਤੇ ਇਹ ਕਿ ਆਪਾਂ ਸਾਰਿਆਂ ਨੂੰ ਕੀ ਕਹਿੰਦੇ ਸਪੋਰਟ ਕਰਨੀ ਚਾਹੀਦੀ ਆ। ਹੁਣ ਵੀਰੇ ਦਾ ਗਾਣਾ ਆ ਕਿੰਨਾ ਘੈਂਟ ਯਾਰ, ਅਗਲੇ ਨੇ ਵਰਕ ਕੀਤਾ ਵਾ, ਲਿਰਿਕਸ ਆ, ਵੋਕਲ ਆ, ਹਨਾ ਸਾਰਾ ਕੁਝ ਸਿਰਾ ਵਾ, ਪਰ ਜਨਤਾ ਨੇ ਕੀ ਕੀਤਾ, ਜਨਤਾ ਨੇ ਪਿੰਡ ਦੇ ਗਾਣਾ AI ਯੂਜ਼ ਕਰਕੇ ਯਾਰ ਅਗਲੇ ਬੰਦੇ ਦੀ ਮਿਹਨਤ ਖੂਹ ਖਾਤੇ ਪਾਤੀ। ਮੇਰਾ ਵੀ ਨਾ ਇਦਾਂ ਕਰਿਆ ਕਰੋ, ਜੇ ਕੋਈ ਮਿਹਨਤ ਕਰਕੇ ਗਾਂ ਹੁੰਦਾ ਪਿਆ ਉਹਨੂੰ ਗਾਂ ਆਉਣ ਦਿਓ, ਸਹੀ ਆ। ਹੁਣ ਸਪੋਰਟ ਕਰੋ ਯਾਰ, ਹੁਣ ਉਹ ਵੀਰੇ ਨੇ ਅਫੀਸ਼ੀਅਲ ਗਾਣਾ ਕੀਤਾ, ਹੁਣ ਰੀਲਾਂ ਬਣਾਓ, ਹੁਣ ਟਾਈਮ ਆ ਯਾਰ ਬੰਦੇ ਨੂੰ ਸਪੋਰਟ ਕਰਨ ਦਾ। ਜਾਂਦਾ ਹੋਇਆ ਛੱਡੂ ਐਸੀ ਛਾਪ ਸੋਹਣੀ ਏ, ਮੇਰੇ ਨਾਮ ਉੱਤੇ ਬਿਜ਼ਨਸ ਚੱਲੂ ਪਾਸੇ ਚਾਰੇ, ਮੈਂ ਨਾ ਜਾਣਦਾ ਕਿਸੇ ਨੂੰ, ਮੈਨੂੰ ਜਾਣਦੇ ਨੇ ਸਾਰੇ ਮੇਰੇ ਰਾਹ। ਬਿਜ਼ਨਸ ਵਾਲੀ ਗੱਲ ਤਾਂ ਮੈਨੂੰ ਸਿੱਧੂ ਬਾਈ ਦੀ ਯਾਦ ਆ ਗਈ ਕਿ ਬਾਈ ਕਹਿੰਦਾ ਨਾ ਬਿਜ਼ਨਸ ਨਹੀਂ, ਮੈਂ ਬਿਜ਼ਨਸਮੈਨ ਨਹੀਂ, ਮੈਂ ਬਿਜ਼ਨਸ ਹਾਂ। ਤੋ ਸੱਚੀ ਆਪਣਾ ਕਹਿੰਦੇ ਦੁਨੀਆ ਸਾਰਿਆਂ ਨੂੰ ਬਿਜ਼ਨਸ ਤੌਰ 'ਤੇ ਜਿਉਂਦਿਆਂ ਜੀ ਵੀ ਵਰਤਿਆ, ਮਰਨ ਤੋਂ ਬਾਅਦ ਹੀ ਵਰਤੇ ਜਾਣਦੇ, ਤਾਂ ਹੁਣ ਵੀ ਵਰਤੀ ਜਾਣਦੇ ਆ। ਪਛਾਣਦੇ ਨੇ ਸਾਰੇ ਮੇਰਾ ਯਾਰਾਂ ਸਰਕਾਰਾਂ ਤੋਂ ਭਰੋਸਾ ਉੱਠੇ ਆ ਦਿਨ ਕੱਟਦਾ ਆ ਬਸ ਹੁਣ ਰੱਬ ਦੇ ਸਹਾਰੇ, ਮੈਂ ਨਾ ਜਾਣਦਾ ਕਿਸੇ ਨੂੰ, ਮੈਨੂੰ ਜਾਣਦੇ ਨੇ ਸਾਰੇ ਮੇਰੇ ਰਾਈਮ ਤੇ ਕਰਾਈਮ ਨੂੰ ਪਛਾਣਦੇ ਨੇ ਸਾਰੇ ਮੇਰਾ ਯਾਰਾਂ ਸਰਕਾਰਾਂ ਤੋਂ ਭਰੋਸਾ ਉੱਠੇ ਆ ਦਿਨ ਕੱਟਦਾ ਆ ਬਸ ਹੁਣ ਰੱਬ ਦੇ ਸਹਾਰੇ। ਇੱਕ ਰੱਬ ਨਾ ਮਾਰੇ ਦੂਜਾ ਜੰਮਿਆ ਨਹੀਂ ਕੋਈ, ਬੰਦਾ ਉਹਦਾ ਓਟ ਆਸਰਾ ਉਹਦਾ ਨਾਂ ਜੱਪੇ, ਦੁਨੀਆਦਾਰੀ ਕੋਈ, ਦੁਨੀਆ ਸਭ ਲੰਡੂ ਹੀ ਆ, ਠੀਕ ਆ ਨਾ, ਸਭ ਸਵਾਦ ਭਾਲ ਦੀ ਜਨਤਾ। ਰਿਵਰਸ ਰੇਡੀਓ ਬਹੁਤ ਘੈਂਟ ਗਾਣਾ ਸੀ ਵੀਰੇ ਦਾ, ਬਹੁਤ ਘੈਂਟ ਕੀ ਕਹਿੰਦੇ ਵੋਕਲ ਲਿਰਿਕਸ ਬਹੁਤ ਘੈਂਟ ਵੀਰੇ ਵਰਕ ਕੀਤਾ, ਅਤੇ ਬਾਕੀ ਵੀਡੀਓ ਕੀ ਕਹਿੰਦੇ ਆਪਣਾ ਵੀਰੇ ਵੱਲੋਂ ਡਾਇਰੈਕਟ ਕੀਤੀ ਗਈ ਆ ਦਿਲਜੀਤ ਦੋਸਾਂਝ ਵੱਲੋਂ। ਅਤੇ ਬਾਕੀ ਮੈਂ ਵੀਰੇ ਆਪਣਾ ਵੀਰੇ ਦਾ ਗਾਣਾ ਇਹ ਨਾ ਆਟੋਨ ਸਟੂਡੀਓ ਤੋਂ ਆਇਆ ਆ, ਤੁਸੀਂ ਜ਼ਰੂਰ ਜਾ ਕੇ ਸਪੋਰਟ ਕਰੋ, ਕਿਉਂਕਿ ਹੁਣ ਲੋੜ ਆ, ਠੀਕ ਆ। ਲੀਕ ਨੂੰ ਤਾਂ ਸਾਰਿਆਂ ਨੇ ਕੀ ਕਹਿੰਦੇ ਪਿਆਰ ਕੀਤਾ, ਜਿਹੜਾ ਆਪਣਾ AI ਯੂਜ਼ ਨੂੰ ਸਾਰਿਆਂ ਨੇ ਪਿਆਰ ਕੀਤਾ, ਹੁਣ ਯਾਰ ਬੰਦੇ ਨੂੰ ਤੁਹਾਡੀ ਸਪੋਰਟ ਦੀ ਲੋੜ ਆ, ਹੁਣ ਸਪੋਰਟ ਕਰੋ, ਸਹੀ ਆ। ਅਤੇ ਬਾਕੀ ਹੁਣ ਟਾਈਮ ਆ ਰੀਲਾਂ ਜਿਹੜੀਆਂ ਪਹਿਲਾਂ ਤਾਂ ਬੜੀਆਂ ਸਿੱਧੂ ਦੇ ਆਪਣਾ AI ਯੂਜ਼ ਕਰਕੇ ਜਿਨ੍ਹਾਂ ਦੀ ਕਹਿੰਦੇ ਬੰਦਿਆਂ ਦੀ ਜ਼ਮੀਰ ਮਾਰ ਚੁੱਕੀ ਹੋਈ ਆ, ਬਣਾਈਆਂ ਹੀ, ਹੁਣ ਬਣਾਓ ਯਾਰ, ਹੁਣ ਅਗਲੇ ਬੰਦੇ ਅਫੀਸ਼ੀਅਲ ਕੀਤਾ ਯਾਰ, ਹੁਣ ਸਪੋਰਟ ਕਰੋ ਬੰਦੇ ਨੂੰ, ਠੀਕ ਆ, ਕਿਸੇ ਦੀ ਮਿਹਨਤ ਅਤੇ ਨਾ ਇੱਦਾਂ ਪਾਣੀ ਫੇਰਿਆ ਕਰੋ। ਅਤੇ ਬਾਕੀ ਗਾਣਾ ਵੀਰੇ ਦਾ ਰਿਲੀਜ਼ ਅਫੀਸ਼ੀਅਲੀ ਹੋ ਚੁੱਕਿਆ ਵਾ, ਜਾ ਕੇ ਸੁਣੋ, ਸਪੋਰਟ ਕਰੋ, ਸ਼ੇਅਰ ਕਰੋ, ਬਾਕੀ ਕਮੈਂਟਾਂ ਦੱਸਿਓ ਤੁਹਾਨੂੰ ਗਾਣਾ ਕਿਵੇਂ ਦਾ ਲੱਗਿਆ। ਸਤਿ ਸ਼੍ਰੀ ਅਕਾਲ ਜੀ।